ਇਹ ਕਿਸੇ ਤੁਹਾਡੇ ਮੇਰੇ ਵਰਗੇ ਦੇ ਬੰਦੇ ਦੀ ਗਲਤੀ ਨਹੀਂ ਹੈ, ਨਾ ਕਿਸੇ ਅਫਸਰ ਦੀ ਗਲਤੀ ਹੈ, ਨਾ ਕਿਸੇ ਜੁਡੀਸ਼ੀਅਲ ਅਫਸਰ ਦੀ ਗਲਤੀ ਹੈ, ਇਹ ਰਾਜਨੀਤਿਕ ਬੰਦਿਆਂ ਦੀ ਗਲਤੀ ਹੈ, ਰਾਜਨੀਤਿਕ ਪਾਰਟੀਆਂ ਦੀ ਗਲਤੀ ਹੈ ਜਿਨ੍ਹਾਂ ਨੇ ਪਹਿਲਾਂ ਮਾਹੌਲ ਪੈਦਾ ਕੀਤਾ ਤੇ ਫਿਰ ਉਹਦੇ ਉੱਤੇ ਅਟੈਕ ਕਰਾਇਆ ਬੰਬ ਵਰਸਾਏ ਤੇ ਟੈਂਕ ਜਿਹੜੇ ਅੰਦਰ ਦਰਬਾਰ ਸਾਹਿਬ ਚਲਾਏ। ਇਹਦਾ ਮੁੱਢ ਬੰਨਿਆ ਸੰਤ ਭਿੰਡਰਾਂ ਵਾਲਿਆਂ ਤੋਂ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ। ਕਾਂਗਰਸ ਸਰਕਾਰ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀ। ਇਸ ਕੰਸਪੀਰੇਸੀ ਕੀ ਕਿ ਜਰਨੈਲ ਸਿੰਘ ਭਿੰਡਰਾਂ ਵਾਲਾ ਖੜਾ ਕਰੋ ਤੇ ਸਿੱਖਾਂ ਨੂੰ ਡਿਵਾਈਡ ਕਰ ਦਿਓ, ਇਹਨਾਂ ਦੀ ਭਾਵਨਾ ਇਹ ਚਾਲ ਸੀ ਪਿੱਛੇ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੋਚ ਭਾਵੇਂ ਠੀਕ ਸੀ ਪਰ ਮੁੰਡੇ ਕੁਛ ਅਜਿਹੇ ਰਲਗੇ ਵਿੱਚ ਜਿਨ੍ਹਾਂ ਦੇ ਹੱਥ ਚਾਲੀ AK-47 ਉਹ ਰੱਬ ਸਮਝਣ ਲੱਗ ਕੇ ਉਹ ਕਹਿੰਦੇ ਜਿਹਦੇ ਮਰਜ਼ੀ ਲਾਲੇ ਦੇ ਰੱਖਾਂਗੇ ਤੇ 2 ਕਰੋੜ ਰੁਪਈਆ ਨੂੰ ਕਰ ਲਾਂਗੇ ਈਜ਼ੀ ਮਨੀ ਦਾ ਆਨੰਦ ਕਰ। ਚਰਨ ਸਿੰਘ ਟੌੜੇ ਨੇ, ਹਰਚੰਦ ਸਿੰਘ ਲੌਂਗੋਵਾਲ ਨੇ, ਪ੍ਰਕਾਸ਼ ਸਿੰਘ ਬਾਦਲ, ਇਹ ਇੰਦਰਾ ਗਾਂਧੀ ਨੂੰ ਆਪ ਜਾ ਕੇ ਕਹਿ ਕੇ ਆਏ ਆ ਅਟੈਕ ਕਰੋ ਜਲਦੀ ਕਰੋ। ਇਹਦੇ ਚਿੱਠੀ ਲਿਖੀ ਉਹਨੇ ਉੱਥੋਂ ਦਾ ਜਿਹੜਾ 1000 ਕਰੋੜ ਰੁਪਈਆ ਲੱਗਾ ਫੋਰਸਿਸ ਦੇ ਉੱਤੇ ਅਟੈਕ ਕਰਨ, ਉਹਦਾ ਬਿੱਲ ਬਣ ਗਿਆ ਗਵਰਨਮੈਂਟ ਆਫ ਇੰਡੀਆ ਕਿਤੇ ਪੈ ਗਏ। ਅਸਲੀ ਗੱਲ ਮੇਰੀ ਹੈ ਜਦੋਂ ਪਾਕਿਸਤਾਨ ਅਟੈਕ ਕਰਦੇ ਤੇ ਕੀ ਭਾਰਤ ਸਰਕਾਰ ਪੰਜਾਬ ਸਰਕਾਰ ਕੋਲ ਲੈ ਕੇ ਫਸ ਤੁਹਾਨੂੰ ਬਚਾ ਰਹੇ ਆ, ਇਹੀ ਤੇ ਦੇਖ ਇਨਕਮ ਟੈਕਸ ਵੀ ਦਿੰਦੇ ਪੰਜਾਬ ਦੇ ਇਹੀ ਤੇ ਧੱਕੇ ਸਨ ਉਸ ਚੀਜ਼ ਦਾ ਕਰਜ਼ੇ ਦਾ ਮੋਢੇ ਇੱਥੇ ਬਣੇ ਮੋਢੇ ਇੱਥੇ ਵੱਜਾ ਓਕੇ ਕਰਜ਼ੇ ਦਾ ਮੋਢ ਇਹ ਇਹਨਾਂ ਤਰਲੇ ਕੱਢੇ ਬੜੇ ਸੈਂਟਰਲ ਗਵਰਨਮੈਂਟ ਨੇ ਵੀ ਇਹ ਸਾਡਾ ਕਰਜ਼ਾ ਮਾਫ਼ ਕਰੋ ਜੀ, ਇਹ ਤੇ ਤੁਸੀਂ ਅਸੀਂ ਸਿਕਿਉਰਿਟੀ ਵਾਸਤੇ ਲਾਇਆ। ਉਹ ਬਿੱਲ ਕਿੰਨਾ ਸੀ? 40-50 ਹਜ਼ਾਰ ਦਿੱਲੀ ਉਹ ਕਹਿੰਦੇ ਜੀ ਦੱਸੋ ਅਸੀਂ ਕੀ ਕਰਨਾ, ਸਾਡਾ ਮਾਈ ਬਾਪ ਕੌਣ ਆ? ਤੇ ਕੇਜਰੀਵਾਲ ਨੇ ਪਤਾ ਕੀ ਜਵਾਬ ਦਿੱਤਾ? ਉਹ ਕਹਿੰਦਾ ਜੀ ਪਹਿਲਾਂ ਇਹ ਸਿਸਟਮ ਚੱਲਦਾ ਸੀ ਕਿ ਪਹਿਲਾਂ ਜਿਹੜੀ ਪੈਸਾ ਸੀ ਨਾ ਉਪਰੋਕਤ ਕਮਿਸ਼ਨ ਦਾ ਮੋਟਾ ਮਾਲ ਉਹ ਇੱਕ ਹਿੱਸਾ ਜਾਂਦਾ ਸੀ ਇਹਨੂੰ ਚੀਫ ਮਿਨਿਸਟਰ ਨੂੰ ਅਤੇ ਇੱਕ ਹਿੱਸਾ ਜਾਂਦਾ ਸੀ ਉੱਪਰ ਜਿਹੜਾ ਜਿਹੜੀ ਵੀ ਕਾਂਗਰਸ ਦੀ ਕੋਈ ਹਾਈਕਮਾਂਡ ਸੀ ਤਾਂ ਇਹਨਾਂ ਦੀ। ਹੁਣ ਉਹ ਕਹਿੰਦਾ ਹੈ ਕਿ ਇਸੇ ਦੋਨੇ ਜਿਹੜੇ ਮੇਰੇ ਕੋਲ ਆਇਆ ਕਰਨਗੇ ਚੀਫ ਮਿਨਿਸਟਰ ਨੂੰ ਕੇਜਰੀਵਾਲ ਮਾਡਲ ਇਹ ਹੈ ਕਿ ਉੱਪਰ ਉੱਪਰ ਦੱਬ ਕੇ ਲੁੱਟੋ ਪੈਸੇ ਕਮਾਓ ਦੱਬ ਕੇ ਥੱਲਿਆਂ ਨੂੰ ਨਕੇਲ ਪਾਓ ਜਿਹੜਾ 10 ਰੁਪਈਏ 100 ਰੁਪਈਏ ਫੜਦਾ ਉਹਨੂੰ ਵਿਖਾਓ ਪਬਲਿਕ ਨੂੰ ਦੇਖੋ ਅਸੀਂ ਕਰਪਸ਼ਨ ਰੋਕ ਦਿੱਤੀ ਅਤੇ ਜਿਹੜੇ ਵੱਡੇ ਬੰਦੇ ਉਹਨਾਂ ਨੂੰ ਅਲਾਓ ਕਰੋ। ਜੇ ਕੋਈ ਆ ਜਾਏ ਨਾ ਕਰਪਸ਼ਨ ਕਲੱਬ ਉਹ ਜਿਹੜੀ ਹੈ ਪਲੱਗ ਹੋ ਜਾਏ ਇਹਨਾਂ ਦੇ ਵਿੱਚੋਂ ਕੀ ਹੈ ਮੈਂ ਦੱਸਦਾ ਸ਼ਰਾਬ ਦੇ ਟਰਾਂਸਪੋਰਟ ਦੇ ਵਿੱਚ ਲੈਂਡ ਦੇ ਵਿੱਚ ਬਜਰੀ ਦੇ ਵਿੱਚ ਰੇਤਾ ਦੇ ਵਿੱਚ ਇਹ ਮੋਟੇ ਮੋਟੇ ਮੁੱਦੇ ਨੇ ਇਹਨਾਂ ਨੂੰ ਪਲੱਗ ਕਰ ਦਿਓ ਸਹੀ ਇਨਕਮ ਜਿਹੜੀ ਸਰਕਾਰ ਕੋਲ ਆਉਣਾ ਸ਼ੁਰੂ ਹੋ ਜਾਵੇ ਕਿਸੇ ਠੇਕੇਦਾਰ ਨੂੰ ਕੋਈ ਹਿੱਸਾ ਨਾ ਜਾਵੇ ਲਓ ਜੀ 2 ਮਹੀਨਿਆਂ ਦੇ ਵਿੱਚ ਕਰਜ਼ਾ ਪੰਜਾਬ ਦਾ ਲਾਂਭੇ ਹੋ ਜਾਵੇ। ਤੁਸੀਂ ਉਦੋਂ ਟੌਪ ਬਿਊਰੋਕਰੈਟਸ ਵੀ ਸੀਗੇ ਜਾਂ IAS ਅਫਸਰ ਸੀਗੇ ਕਿੰਨੇ ਸਾਲ ਤੁਸੀਂ ਪੰਜਾਬ ਦੀ ਸੇਵਾ ਕੀਤੀ ਹੈ ਐਜ਼ ਏ ਕਮਿਸ਼ਨਰ ਤੁਸੀਂ ਜਲੰਧਰ ਰੇਂਜ ਰਿਟਾਇਰਡ ਸੀ 7 DC ਤੁਹਾਡੇ ਥੱਲੇ ਸੀਗੇ ਅਤੇ ਉਸ ਟਾਈਮ ਦੀ ਅਤੇ ਹੁਣ ਦੀ ਬਿਊਰੋਕਰੇਸੀ 'ਚ ਤੁਸੀਂ ਕੀ ਬਿਊਰੋਕਰੇਸੀ ਦਾ ਸਫਾਇਆ ਹੀ ਹੋ ਗਿਆ ਕੋਈ ਬਿਊਰੋਕਰੇਸੀ ਜਿੰਨੇ ਅਫਸਰ ਹਨ ਸਾਰੇ ਫੁੱਟ ਮੈਟ ਇਹਨਾਂ ਦੀ ਉੱਤੋਂ ਲੰਘ ਕੇ ਜਾਂਦੇ ਸਾਰੇ ਦੇ ਇਸ਼ਾਰਿਆਂ ਤੇ ਕੰਮ ਕਰਦੇ ਪੋਲੀਟੀਸ਼ੀਅਨ ਉਹਨਾਂ ਦਬਾ ਲਿਆ ਹੈ। ਅਸੀਂ ਅੱਜ ਗੱਲ ਕਰਾਂਗੇ ਪੰਜਾਬ ਬਾਰੇ। ਇਹ ਉਹ ਪੰਜਾਬ ਹੈ ਜਿੱਥੇ ਪੰਜਾਬ ਨੇ ਇਸੇ ਪੰਜਾਬ ਨੇ ਧਾੜਵੀਆਂ ਦੇ ਹਮਲੇ ਸਹੇ ਬਾਬਰ ਤੋਂ ਲੈ ਕੇ ਪਾਕਿਸਤਾਨ ਦੇ ਜਿਹੜੇ ਹੁਣ ਪਿੱਛੇ ਹਮਲੇ ਹੋਏ ਆ 1965 ਦੀ ਜੰਗ 1971 ਦੀ ਜੰਗ
ਤੇ ਇਸੇ ਪੰਜਾਬ ਨੂੰ ਖਤਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਤੇ ਇਸੇ ਪੰਜਾਬ ਦੇ ਲੋਕਾਂ ਨੇ ਉਹ ਸਾਰੀਆਂ ਸਾਜ਼ਿਸ਼ਾਂ ਦਾ ਜਿਹੜਾ ਦੌਰ ਸੀ ਉਹ ਝੇਲਿਆ ਤੇ ਅਸੀਂ ਅੱਜ ਉਸ ਪੰਜਾਬ ਦੀ ਗੱਲ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਹਨ ਸਾਬਕਾ IAS ਅਫਸਰ ਸਰਦਾਰ ਸਵਰਨ ਸਿੰਘ ਜੀ ਜੋ ਕਿ ਪੰਜਾਬ ਅੰਮ੍ਰਿਤਸਰ ਦੇ ਜੰਮਪਲ ਹਨ ਅਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਅਸੀਂ ਆਪਣੇ ਚੈਨਲ ਸੰਗੋਲ ਟਾਈਮ ਨਿਊਜ਼ ਦੇ ਵਿੱਚ। ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਅਤੇ ਸਰ ਤੁਸੀਂ 82 ਬੈਚ ਦੇ IAS ਅਫਸਰ ਪੰਜਾਬ ਕੈਡਰ ਦੇ ਹੋ ਅਤੇ ਪੰਜਾਬ ਦਾ ਉਸ ਟਾਈਮ ਤੁਸੀਂ ਜਿੰਮਾ ਤੁਹਾਨੂੰ ਦਿੱਤਾ ਗਿਆ ਸੀ ਜਦੋਂ ਪੰਜਾਬ ਦਾ ਕਾਲਾ ਦੌਰ ਸ਼ੁਰੂ ਹੋਇਆ ਸੀ ਅਤੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਉਹ ਕੀ ਦੌਰ ਸੀ ਜਿਸ ਤਰ੍ਹਾਂ 84 ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਗੋਲਡਨ ਟੈਂਪਲ ਦੇ ਉੱਤੇ ਜਿਹੜਾ ਅਟੈਕ ਹੋਇਆ ਉਹ ਕੀ ਮਾਜਰਾ ਸੀ ਅਤੇ ਉਹਦੇ ਪਿੱਛੇ ਕੀ ਸਾਰਾ ਕਿਹਨਾਂ ਦਾ ਹੱਥ ਸੀ ਜਿਹੜਾ ਇਹ ਕਿਉਂ ਹੋਇਆ ਸਾਰਾ? ਦੇਖੋ ਜੀ, ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਪੰਜਾਬ ਦੇ ਬਾਰੇ, ਪੰਜਾਬ ਇੱਕ ਅਜਿਹੀ ਧਰਤੀ ਹੈ ਜਿਹੜੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਫਰਟਾਈਲ, ਸਭ ਤੋਂ ਸਿਆਣੇ ਬੰਦੇ ਇੱਥੇ ਪੈਦਾ ਹੋਏ, ਸਭ ਤੋਂ ਵੱਡੀ ਸਭਿਅਤਾ ਜਿਹੜੀ ਇੱਥੇ ਪੈਦਾ ਹੋਈ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਉਹਨਾਂ ਦਰਿਆਵਾਂ ਦੇ ਵਿੱਚ ਜ਼ਮੀਨ ਸੀ, ਬੜੀ ਉਪਜਾਊ ਸੀ। ਇੱਥੇ ਜਿਹੜੀ ਸਭਿਅਤਾ ਸਿੰਧ ਘਾਟੀ ਦੀ ਸਭਿਅਤਾ, ਦੁਨੀਆਂ ਦੀ ਸਭ ਤੋਂ ਵੱਡੀ ਪ੍ਰਫੁੱਲਤ ਸਭਿਅਤਾ ਸੀ। ਇਹਨੂੰ ਰਵਿੰਦਰਨਾਥ ਟੈਗੋਰ ਨੇ ਕਿਹਾ ਕਿ ਇਹ ਸਭਿਅਤਾ ਦਾ ਪੰਘੂੜਾ ਹੈ। ਸਮਝ ਲਓ ਤੁਸੀਂ, ਇਹ ਧਰਤੀ ਨੂੰ ਸਭਿਅਤਾ ਦਾ ਪੰਘੂੜਾ ਕਿਹਾ ਸੀ ਜੀ, ਕਿ ਸਭਿਅਤਾ ਇੱਥੋਂ ਪਲਦੀ ਹੈ। ਅਤੇ ਇੰਨੀਆਂ ਜ਼ਿਆਦਾ ਫਰਟਾਈਲ ਸੀ ਇੱਥੇ, ਸਾਰਾ ਕੁਛ ਜਿਹੜਾ ਪੈਦਾ ਹੁੰਦਾ ਸੀ। ਇੰਨੇ ਤੁਸੀਂ ਉਦੋਂ ਦੇ ਡਿਜ਼ਾਈਨ ਦੇਖੋ, ਇੰਨੇ ਸਿਆਣੇ ਲੋਕ ਸੀ, ਕਿਸ ਤਰ੍ਹਾਂ ਦੇ ਘਰ ਬਣਾਏ ਸੀ, ਕਿਸ ਤਰ੍ਹਾਂ ਉਹ ਪਾਣੀ ਦੇ ਨਿਕਾਸ ਵਾਸਤੇ ਸਿਸਟਮ ਬਣਾਇਆ ਸੀ, ਜਿਹੜੇ ਫਸਲਾਂ ਨੂੰ ਸਟੋਰ ਕਰਨ ਵਾਸਤੇ ਦਾਣਿਆਂ ਨੂੰ ਕਿਹੋ ਜਿਹੇ ਸਿਸਟਮ ਬਣਾਏ ਸੀ, ਅੱਜ ਵੀ ਦੁਨੀਆ ਯਾਦ ਕਰ। ਪੰਜਾਬ ਨੂੰ ਇਸੇ ਕਰਕੇ ਸੋਨੇ ਦੀ ਚਿੜੀ ਕਹਿੰਦੇ, ਅਸੀਂ ਉਸ ਧਰਤੀ ਦੇ ਮਾਲਕ ਹਾਂ। ਪਰ ਜੇ ਗੱਲ ਕਰੀਏ ਤੇ ਅਸੀਂ ਫਕੀਰ ਬਣ ਗਏ। ਮੈਨੂੰ ਦੁੱਖ ਹੁੰਦਾ ਇਹ ਗੱਲ ਦੱਸਦਿਆਂ ਕਿ ਪੰਜਾਬ ਬਰਬਾਦ ਹੋ ਰਿਹਾ ਹੈ, ਪਹਿਲਾਂ ਵੀ ਹੋ ਰਿਹਾ ਤੇ ਹੁਣ ਵੀ ਹੋ ਰਿਹਾ। ਇਹ ਦੌਰ ਉਦੋਂ ਸ਼ੁਰੂ ਹੋਇਆ ਅਸਲ ਦੇ ਵਿੱਚ ਜਦੋਂ ਇਹ ਦੌਰ 1984 ਦੇ ਵਿੱਚ ਇਹ ਦੰਗਿਆਂ ਦਾ ਤੇ ਫਿਰ ਅਟੈਕ ਦਰਬਾਰ ਸਾਹਿਬ ਦੇ ਉੱਤੇ ਉਹ ਹੋਇਆ। ਇਹ ਬੜੀ ਵੱਡੀ ਘਟਨਾ ਸੀ ਜਿਹਨੇ ਪੰਜਾਬ ਦੇ ਵਿੱਚ ਸੈੱਟਬੈਕ ਲਾਈ। ਇਹ ਪੰਜਾਬ ਨੂੰ ਸੈੱਟਬੈਕ ਕਿਸ ਤਰ੍ਹਾਂ ਲੱਗੀ ਹੈ? ਮੈਂ ਉਸ ਵੇਲੇ ਅੰਮ੍ਰਿਤਸਰੀ ਸੀ ਅਤੇ ਮੈਂ ਉੱਥੇ ਟ੍ਰੇਨ 'ਤੇ ਜਾਣਾ ਸੀ। ਜਦੋਂ ਮੈਂ ਉਹ ਸਟੇਸ਼ਨ 'ਤੇ ਬੈਠਣ ਲੱਗਾ ਅਤੇ ਮੈਨੂੰ ਕਹਿੰਦੇ ਜੀ ਤੁਸੀਂ ਘਰ ਚਲੇ ਜਾਓ ਜੀ। ਫਿਰ ਮੈਂ ਕਿਹਾ ਵੀ ਉਹਨਾਂ ਨੂੰ ਪੁੱਛਿਆ ਲੋਕਾਂ ਨੂੰ ਕੀ ਹੋਇਆ? ਕਹਿੰਦੇ ਜੀ ਕਰਫਿਊ ਲੱਗਣ ਵਾਲਾ, ਕੋਈ ਮੂਵ ਨਹੀਂ ਕਰ ਸਕਦਾ ਕਿਸੇ ਵਾਸਤੇ, ਤਾਂ ਪਤਾ ਨਹੀਂ ਕਿੰਨਾ ਚਿਰ ਲੱਗੇ, ਤੁਸੀਂ ਫਟਾਫਟ ਘਰ ਪਹੁੰਚ ਜਾਓ, ਨਹੀਂ ਤਾਂ ਤੁਹਾਨੂੰ ਘਰ ਵੀ ਪਹੁੰਚਣਾ ਮੁਸ਼ਕਿਲ ਹੋ ਜਾਣਾ। ਲਾਗੇ ਘਰ ਸੀ, ਮੈਂ ਚਲਾ ਗਿਆ। ਥੋੜ੍ਹੇ ਦੇਰ ਬਾਅਦ ਠਾਹ ਵੱਜਣੀਆਂ, ਸਾਡੇ ਘਰ ਦੇ ਦਰਵਾਜ਼ੇ ਖੜਕਦੇ ਸੀ। ਤੁਹਾਡਾ ਘਰ ਨੇੜੇ ਸੀ? ਨੇੜੇ ਸੀ, ਉੱਥੇ 3-4 ਕਿਲੋਮੀਟਰ ਦੂਰ ਸੀ, ਪਰ ਖੜਾਕ ਆਉਂਦਾ ਸੀ, ਦਰਵਾਜ਼ੇ ਖੜਕਣ ਲੱਗ ਪਏ। ਅਸੀਂ ਬੜੇ ਸਹਿਮਗੇ ਵੀ ਇਹ ਕੀ ਹੋ ਗਿਆ ਘਰ। ਉਹ ਫਿਰ ਮੈਂ DC ਸਾਹਿਬ ਨਾਲ ਗੱਲ ਕੀਤੀ, ਉਸ ਆਪਣੇ ਜਿਹੜੇ DC ਸੀ ਉਸ ਵੇਲੇ ਦੇ, ਉਹਨਾਂ ਨਾਲ ਮੈਂ ਗੱਲ ਕੀਤੀ, ਰਮੇਸ਼ ਚੰਦਰ ਸਿੰਘ। ਅਤੇ ਹਾਂਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਸ ਤਰ੍ਹਾਂ ਮੈਂ ਤਾਂ ਜਾਣਾ ਸੀ ਟ੍ਰੇਨਿੰਗ 'ਤੇ। ਮੈਨੂੰ ਕਹਿੰਦੇ ਡਾਕਟਰ ਸਾਹਿਬ ਚੁੱਪ ਕਰਕੇ ਇੱਥੇ ਬੈਠੇ ਰਹੋ, ਕਿਸੇ ਪਾਸੇ ਨਾ ਹਿੱਲੇ, ਉਹ ਜਿੱਥੇ ਹੈਗੇ ਉੱਥੇ ਆਰਾਮ ਨਾਲ ਬੈਠੇ ਰਹੋ, ਸਾਰੀਆਂ ਮੂਵਮੈਂਟ ਬੰਦ। ਅੱਛਾ, ਹੁਣ ਦੇਖੋ ਜੀ ਗੱਲ ਕੀ ਹੈ, ਸਭ ਤੋਂ ਵੱਡੀ ਸੈੱਟਬੈਕ ਪਹਿਲੀ ਜਿਹੜੀ ਮੈਂ ਅੱਖਾਂ ਨਾਲ ਲਿਖੀ ਹੈ ਪੰਜਾਬ ਨੂੰ ਇਹ ਲੱਗੀ ਹੈ। ਹੁਣ ਇਹ ਕਿਉਂ ਲੱਗੀ ਹੈ ਮੈਂ ਤੁਹਾਨੂੰ ਇਹਦਾ ਮੁੱਢ ਰਾਜਨੀਤਿਕ ਦੱਸਦਾ। ਇਹ ਕਿਸੇ ਤੁਹਾਡੇ ਮੇਰੇ ਵਰਗੇ ਦੇ ਬੰਦੇ ਦੀ ਗਲਤੀ ਨਹੀਂ ਹੈ, ਨਾ ਕਿਸੇ ਅਫਸਰ ਦੀ ਗਲਤੀ ਹੈ, ਨਾ ਕਿਸੇ ਜੁਡੀਸ਼ੀਅਲ ਅਫਸਰ ਦੀ ਗਲਤੀ ਹੈ। ਇਹ ਰਾਜਨੀਤਿਕ ਬੰਦਿਆਂ ਦੀ ਗਲਤੀ ਹੈ, ਰਾਜਨੀਤਿਕ ਪਾਰਟੀਆਂ ਦੀ ਗਲਤੀ ਹੈ, ਜਿਹਨਾਂ ਨੇ ਪਹਿਲਾਂ ਮਾਹੌਲ ਪੈਦਾ ਕੀਤਾ ਤੇ ਫਿਰ ਉਹਦੇ ਉੱਤੇ ਅਟੈਕ ਕਰਾਇਆ, ਬੰਬ ਵਰਸਾਏ ਤੇ ਟੈਂਕ ਜਿਹੜੇ ਅੰਦਰ ਦਰਬਾਰ ਸਾਹਿਬ ਚ ਵੜੇ। ਕਿਸ ਤਰ੍ਹਾਂ ਹੋਈ ਇਹ ਸ਼ਾਇਦ ਤੁਹਾਨੂੰ ਪਤਾ ਹੋਵੇ ਇਸ ਗੱਲ ਦਾ, ਪਤਾ ਨਹੀਂ ਨਾ ਪਤਾ ਹੋਵੇ। ਇਹਦਾ ਮੁੱਢ ਬੰਨਿਆ ਸੰਤ ਭਿੰਡਰਾਂ ਵਾਲਿਆਂ ਕੋਲੋਂ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ। ਕਾਂਗਰਸ ਸਰਕਾਰ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀ, ਗਿਆਨੀ ਜੈਲ ਸਿੰਘ ਹੋਮ ਮਿਨਿਸਟਰ ਸੀ। ਇਹ ਉਸ ਵੇਲੇ ਨਾ ਅਕਾਲੀਆਂ ਦਾ ਜ਼ੋਰ ਬੜਾ ਚੜ ਗਿਆ, 1,00,000 ਫੌਜ ਵਰਦੀ ਉਹਦੇ ਤਿਆਰ ਕਰਤੇ ਜੀ,
ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਲੱਗੇ ਹਾਂ ਜੀ, ਅਸੀਂ ਮੋਰਚੇ ਲਾ ਲਾਂਗੇ ਜੀ, ਅਸੀਂ ਸਿਰ ਵੜ ਲਾਂਗੇ, ਅਸੀਂ ਕਿਰਪਾ ਜਿਸ ਤਰ੍ਹਾਂ ਹੁਣ ਅੰਮ੍ਰਿਤਪਾਲ ਲੱਗਾ ਕਰਨ ਤੇ ਬੜੀਆਂ ਇਹੋ ਜਿਹੀਆਂ ਸਪੀਚਾਂ ਆਉਂਦੀਆਂ ਸੀ। ਸਰਕਾਰ ਤੇ ਸਰਕਾਰ ਇੱਕ ਕਿਸਮ ਦੀ ਡਰ ਗਈ ਵੀ ਇਹ ਸਿੱਖ ਦੇ ਬੜੇ ਖਤਰਨਾਕ ਬੰਦੇ ਆ, ਇਹਨੂੰ ਡਿਵਾਈਡ ਕਰਕੇ ਰੱਖਣਾ ਚਾਹੀਦਾ। ਡਿਵਾਈਡ ਕਰਨ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖੜੇ ਕੀਤੇ, ਕਾਂਗਰਸ ਨੇ ਖੜਾ ਕੀਤਾ। ਅਰੋਮਾ ਹੋਟਲ ਹੈ, ਗਿਆਨੀ ਜੈਲ ਸਿੰਘ ਨੇ ਉਹਨਾਂ ਨੂੰ ਬੁਲਾ ਕੇ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਬੰਦਿਆਂ ਨੂੰ ਇੱਥੇ ਚਾਹ ਪਾਣੀ ਪਿਆ ਕੇ ਇੱਥੇ ਮਸ਼ਵਰਾ ਕੀਤਾ, ਇੱਥੇ ਮੁੱਢ ਬੰਨਿਆ, ਇੱਥੇ ਮੁੱਢ ਬੰਨਿਆ। ਅਰੋਮਾ ਹੋਟਲ ਦੇ ਉਹ ਬਿੱਲ ਲੀ ਹੈਗੀ ਉਹਨਾਂ ਕੋਲ ਪਏ ਭਾਈ, ਜਿੱਥੇ ਇਹ ਹੋਇਆ ਕੰਸਪੀਰੇਸੀ ਕੀ, ਜਰਨੈਲ ਸਿੰਘ ਭਿੰਡਰਾਂ ਵਾਲਾ ਖੜਾ ਕਰੋ ਤੇ ਸਿੱਖਾਂ ਨੂੰ ਡਿਵਾਈਡ ਕਰਕੇ ਇਹਨਾਂ ਦੀ ਪਾਵਰ, ਇਹ ਚਾਲ ਸੀ ਪਿੱਛੇ। ਅੱਛਾ ਸੰਤ ਜਰਨੈਲ ਸਿੰਘ ਰਾਜਨੀਤਿਕ ਇਹਨਾਂ ਨੇ ਬਣਾਤਾ, ਉਹਨੂੰ ਚੁੱਕਿਆ ਜਿਸ ਤਰ੍ਹਾਂ ਅੱਜ ਕੱਲ੍ਹ ਅੰਮ੍ਰਿਤਪਾਲ ਨੂੰ ਚੁੱਕਦੇ ਫਿਰਦੇ ਆ ਨਾ, ਇਹਦੇ ਪਿੱਛੇ ਵੀ ਇਹਦੇ ਪਿੱਛੇ ਵੀ ਇਹੋ ਜਿਹੀ ਕੋਈ ਹੈ ਗੱਲ। ਉਦੋਂ ਇਹਨੂੰ ਪ੍ਰੋਜੈਕਟ ਕੀਤਾ ਭਿੰਡਰਾਂ ਨੇ, ਭਿੰਡਰਾਂ ਵਾਲਾ ਜਦੋਂ ਬੰਦੂਕਾਂ ਫੜ ਲਈਆਂ, ਹੱਥ 'ਚ ਗੋਲੀਆਂ ਫੜ ਲਈਆਂ, AK-47 ਬੰਦੇ ਮਾਰਤੇ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਕੋਈ ਕਾਨੂੰਨ ਨਹੀਂ, ਮੁੰਡੇ ਨਾਲ ਲੜ ਗਏ, ਦਿਮਾਗ ਖਰਾਬ ਹੋ ਗਿਆ ਉਹਦੇ, ਸਰਕਾਰ ਦੇ ਹੱਥੋਂ ਨਹੀਂ ਨਿਕਲ ਗਿਆ, ਕਾਂਗਰਸ ਦੇ ਇੰਦਰਾ ਗਾਂਧੀ ਨੂੰ ਵੀ ਟਿੱਚ ਬੰਨਣ ਵਾਲਾ ਪਿਆ, ਉਹਦੇ ਨਾਲ ਅੱਤਵਾਦ ਆ ਗਿਆ ਪੰਜਾਬ 'ਚ। ਉਹਦੇ ਨਾਲ ਕੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੋਚ ਭਾਵੇਂ ਠੀਕ ਸੀ ਪਰ ਮੁੰਡੇ ਕੁਛ ਅਜਿਹੇ ਰਲ ਗਏ ਵਿੱਚ ਜਿਨ੍ਹਾਂ ਦੇ ਹੱਥ 'ਚ ਆ ਗਈ AK-47, ਉਹ ਰੱਬ ਸਮਝਣ ਲੱਗ ਪਏ, ਉਹ ਕਹਿੰਦੇ ਜਿਹਦੇ ਮਰਜ਼ੀ ਲਾਲੇ ਦੇ ਰੱਖਾਂਗੇ ਤੇ 2 ਕਰੋੜ ਰੁਪਈਆ ਕਰ ਲਵਾਂਗੇ, ਈਜ਼ੀ ਮਨੀ, ਆਨੰਦ ਕਰੋ। ਉਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰਤੀਆਂ, ਜਿਹੜੇ ਸਾਡੇ ਪੰਜਾਬ ਦੇ ਬੱਚੇ ਸੀ ਨਾ ਉਹਨਾਂ ਦਾ ਨਾਮ ਬਦਨਾਮ ਹੋ ਗਿਆ, ਹਾਹਾਕਾਰ ਮੱਚ ਗਈ। ਇਹ ਤੋਂ ਫਿਰ ਸਰਕਾਰ ਸੋਚਣ ਲੱਗ ਪਈ ਵੀ ਇਹ ਕੀ ਹੋ ਗਿਆ, ਪੰਜਾਬ ਤੇ ਬਰਬਾਦ ਹੈ, ਸਰਹੱਦੀ ਇਲਾਕਾ, ਇਹ ਕੀ ਹੋ ਗਿਆ। ਹੁਣ ਇਹਦੇ ਬਾਰੇ ਸਾਰੇ ਸੋਚਣ ਲੱਗ ਪਏ, ਸੋਚਣ ਕੀ ਲੱਗ ਪਏ, ਆਹ ਤੁਹਾਡੇ ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਕੌੜਾ, ਇਹ ਡਰਨ ਲੱਗ ਪਏ ਇਹ ਅੰਦਰੋਂ ਨਾ ਨਿਕਲਣ ਬਈ ਇਹ ਤੇ ਭਿੰਡਰਾਂ ਵਾਲਿਆਂ ਦਾ ਪਤਾ ਨੀ ਕਿਸੇ ਵੇਲੇ ਸਾਨੂੰ ਗੋਲੀ ਮਰਵਾ ਦੂਗਾ, ਇਹ ਸਾਰੇ ਖੁੱਡੇ ਲੈਣ ਲੱਗ ਗਏ, ਇਹ ਡਰ ਗਏ ਸੀ ਸਾਰੇ। ਫਿਰ ਇਹਨਾਂ ਨੇ ਇੰਦਰਾ ਗਾਂਧੀ ਨੇ ਉੱਤੇ ਹੋਣਾ ਤਾਂ ਫੈਸਲਾ ਉੱਤੇ ਹੀ, ਇਹਨਾਂ ਨੇ ਸਾਰਿਆਂ ਨੇ ਸੋਚਣਾ ਸ਼ੁਰੂ ਕੀਤਾ ਵੀ ਕੀ ਕਰੀਏ, ਸੋਚ ਸੋਚ ਕੇ ਕਿਹਾ ਵੀ ਇਹ ਤੇ ਵੱਡਾ ਕੋਈ ਅਟੈਕ ਕਰਾਂਗੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਅਰੈਸਟ ਕਰਾਂਗੇ ਜਾਂ ਮਾਰ ਦਊਂਗੇ ਤੇ ਤੰਗ ਕਰ ਦਊਂਗੇ। ਉਹ ਫਿਰ ਪਲੈਨ ਨਾਲ ਜਿਹੜਾ ਅਟੈਕ ਕਰਨਾ ਸੀ ਦਰਬਾਰ ਸਾਹਿਬ ਤੇ ਇਹ ਹੋਇਆ। ਹੁਣ ਇਸ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ BJP ਤੇ ਕਰਨਾ ਹੀ ਸੀ ਇਸ ਨੂੰ ਸਪੋਰਟ, ਸਾਡੇ ਅਕਾਲੀਆਂ ਨੇ ਵੀ ਕੀਤਾ, ਗੁਰਚਰਨ ਸਿੰਘ ਟੌੜੇ ਨੇ, ਹਰਚੰਦ ਸਿੰਘ ਲੌਂਗੋਵਾਲ ਨੇ, ਪ੍ਰਕਾਸ਼ ਸਿੰਘ ਬਾਦਲ, ਇਹ ਇੰਦਰਾ ਗਾਂਧੀ ਨੂੰ ਆਪ ਜਾ ਕੇ ਕਹਿ ਕੇ ਆਏ ਆ ਅਟੈਕ ਕਰੋ ਜਲਦੀ ਕਰੋ। ਕੀ ਸਬੂਤ ਨੇ? ਇਹਦੇ ਚਿੱਠੀ ਲਿਖੀ ਇਹਨੇ ਹਰਚੰਦ ਸਿੰਘ ਲੌਂਗੋਵਾਲ ਨੇ ਇੰਦਰਾ ਗਾਂਧੀ ਨੂੰ, ਮੇਰੇ ਕੋਲ ਚਿੱਠੀ ਦੀ ਕਾਪੀ ਹੈਗੀ ਹੈ, ਹੈਗੀ ਹੈ, ਮੈਂ ਤੁਹਾਨੂੰ ਦੇ ਦਾਂਗਾ ਜ਼ਰੂਰਤ ਪਈ ਤੇ। ਹਰਚੰਦ ਸਿੰਘ ਪ੍ਰਧਾਨ ਸੀ ਲੌਂਗੋਵਾਲ ਸਾਹਿਬ, ਹਾਂਜੀ, ਇਹਨਾਂ ਸਾਰਿਆਂ ਨੇ ਉਹ ਗਏ ਉੱਥੇ, ਇਹਨਾਂ ਲਿਖ ਕੇ ਦੇਖਿਆ ਹੈ, ਤੁਸੀਂ ਮੈਨੂੰ ਦੱਸੋ ਵੀ ਜੀ ਚੀਜ਼ ਨੂੰ ਅਸੀਂ ਆਪੇ ਹੀ ਇਨਵਾਈਟ ਕੀਤਾ ਤੇ ਹੁਣ ਕਿਸ ਮੂੰਹ ਨਾਲ ਉਹਨੂੰ ਅਸੀਂ ਕੰਡੈਮ ਕਰਦੇ ਪਏ ਹਾਂ ਜੀ ਵੀ ਇਹ ਗਲਤ ਹੋਇਆ ਹਰਿਮੰਦਰ ਸਾਹਿਬ 'ਤੇ ਅਟੈਕ ਜਿਹੜਾ ਵੀ ਆਪ 'ਤੇ ਅਸੀਂ ਕਰਵਾਇਆ। ਫਿਰ ਚਲੋ ਇਹ ਹੋ ਗਿਆ, ਉਹ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ, ਉਹਦਾ ਉਹਦੀ ਅੱਗੇ ਗਾਂਹ ਰੈਗਨੀਫਿਕੇਸ਼ਨ ਸੀ, ਉਹ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਮੁੰਡੇ ਜੋਸ਼ 'ਚ ਆ ਗਏ, ਉਹਦਾ ਉੱਥੋਂ ਦਾ ਜਿਹੜਾ 1000 ਕਰੋੜ ਰੁਪਈਆ ਲੱਗਾ ਫੋਰਸਿਸ ਦੇ ਉੱਤੇ ਅਟੈਕ ਕਰਨ ਦਾ, ਅਟੈਕ ਕਰਨ ਦਾ ਉਹਦਾ ਬਿੱਲ ਬਣ ਗਿਆ ਗਵਰਨਮੈਂਟ ਆਫ ਇੰਡੀਆ ਕਿਤੇ ਪੈਸੇ ਦਿਓ ਪੰਜਾਬ ਸਰਕਾਰ ਨੂੰ ਕਿ ਅਸੀਂ ਤੁਹਾਨੂੰ ਫੋਰਸਿਸ ਦਿੱਤੀਆਂ ਜਾਂ ਤੁਹਾਡਾ ਸੰਭਾਲਿਆ, ਅਸੀਂ ਸਾਰਾ ਕੁਛ ਕੀਤਾ। ਉਹਦਾ ਪ੍ਰੋਟੈਕਟ ਕਰਨਾ ਸਾਡੇ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ, ਬਣਦਾ ਸੀ ਨਾ ਜੀ, ਬਟ ਹੋ ਜਾਏ, ਪਰ ਅਸਲੀ ਗੱਲ ਇਹ ਨਹੀਂ ਹੈ ਜੇ ਹੁਣ ਪਾਕਿਸਤਾਨ ਅਟੈਕ ਕਰਦੇ ਤੇ ਕੀ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਲਏਗੀ ਫਰਜ਼, ਸਾਨੂੰ ਬਚਾ ਰਹੇ ਹਾਂ, ਇਹੀ ਤੇ ਇਨਕਮ ਟੈਕਸ ਵੀ ਦਿੰਦੇ ਪੰਜਾਬ ਦੇ, ਇਹੀ ਤੇ ਧੱਕੇ ਸਹੀ ਹੈ। ਓਕੇ, ਉਦੋਂ ਦਾ ਪੈਸਾ ਇਕੱਠਾ ਹੋਇਆ
ਹੁਣ ਤੁਸੀਂ ਦੱਸੋ ਜਦੋਂ ਹਜ਼ਾਰਾਂ ਕਰੋੜ ਦੇ ਉੱਤੇ ਕਿੰਨਾ ਇੰਟਰਸਟ ਲੱਗਦਾ ਇਹ ਉਸ ਚੀਜ਼ ਦਾ ਕਰਜ਼ੇ ਦਾ ਮੋਢੇ ਇੱਥੇ ਵੱਜਾ ਕਰਜ਼ੇ ਦਾ ਮੋਢੇ ਇਹ ਇਹਨਾਂ ਤਰਲੇ ਕੱਢੇ ਬੜੇ ਸੈਂਟਰ ਗੌਰਮੈਂਟ ਨੂੰ ਵੀ ਇਹ ਸਾਡਾ ਕਰਜ਼ਾ ਮਾਫ਼ ਕਰੋ ਜੀ ਇਹ ਤੇ ਤੁਸੀਂ ਅਸੀਂ ਸਿਕਿਉਰਿਟੀ ਵਾਸਤੇ ਲਾਇਆ ਉਹ ਬਿੱਲ ਕਿੰਨਾ ਸੀ ਚਾਲੀ ਪੰਜਾਹ ਹਜ਼ਾਰ ਕਰੋੜ ਤੇ ਚਾਲੀ ਪੰਜਾਹ ਹਜ਼ਾਰ ਕਰੋੜ ਹਾਂ ਇਹਦੇ ਲਾਗੇ ਚੱਕੇ ਤੇ ਹੈਗਾ ਸੀ ਇੰਨਾ ਵੱਡਾ ਬਿੱਲ ਬਿੱਲ ਸੀ ਕਿ ਫੋਰਸਿਸ ਦਾ ਸੀ ਠੀਕ ਹੈ ਕਿੰਨੇ ਚਿਰ ਇੱਥੇ ਰਹੇ ਕਿੰਨਾ ਚਿਰ ਡਿਪਲਾਈ ਕੀਤੀ ਕਿੰਨੇ ਉਸ ਸਾਰਾ ਹੀ ਸੀ ਸੈਂਟਰ ਕੋ ਇਹ ਗਵਰਨਮੈਂਟ ਕਹਿੰਦੀ ਸਾਡੇ ਕੋਲ ਨਹੀਂ ਹੈ ਸਾਡਾ ਨਹੀਂ ਹੈ ਤਾਂ ਤੁਹਾਡਾ ਘਰ ਸਟਿਲ ਪੈਂਡਿੰਗ ਜਿੱਤਾ ਤੁਸੀਂ ਸਟਿਲ ਪੈਂਡਿੰਗ ਸਟਿਲ ਪੈਂਡਿੰਗ ਇਹਨੇ ਉਹ ਆਪਣੇ ਜਿਹੜੇ ਵਿੱਚ ਆਏ ਸੀ ਜਿਹੜੇ ਇੱਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਆਏ ਸੀ ਨਾ ਉਹਨਾਂ ਨੂੰ ਥੋੜ੍ਹਾ ਜਿਹਾ ਮਾਫ਼ ਕੀਤਾ ਸੀ ਜਿਹੜੇ ਜਲੰਧਰ ਦੇ ਆਏ ਸੀ ਇੰਦਰ ਕੁਮਾਰ ਬਜਾਜ ਆਹੋ 15-20 ਹਜ਼ਾਰ ਕਰੋੜ ਰੁਪਏ ਕਰਜ਼ੇ ਦੀ ਗੱਲ ਕੀਤੀ ਹੈ ਤੇ ਕਰਜ਼ੇ ਤੇ ਪਿੱਛੇ ਜੇ 2-3 ਸਾਲ ਪਹਿਲਾਂ ਜਿਹੜੇ ਸਾਡੇ ਨਵਜੋਤ ਸਿੰਘ ਸਿੱਧੂ ਪਹਿਲਾਂ ਬੀਜੇਪੀ ਚ ਸੀਗੇ ਤੇ ਫਿਰ ਮੁੜ ਕੇ ਕਾਂਗਰਸ ਚਲੇ ਗਏ ਸੀਗੇ ਤੇ ਹੁਣ ਇਸ ਟਾਈਮ ਪਤਾ ਹੀ ਹੈ ਜੇਲ੍ਹ ਚ ਨੇ ਉਹ ਮਰਡਰ ਕੇਸ ਦੇ ਵਿੱਚ ਵੀ ਸਜ਼ਾ ਭੁਗਤ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਕੇਰਲਾ ਜਿਹੜਾ ਸਾਡੇ ਭਾਰਤ ਦਾ ਇੱਕ ਸੂਬਾ ਹੈ ਉੱਥੇ 30,000 ਕਰੋੜ ਦਾ ਰੈਵਨਿਊ ਸ਼ਰਾਬ ਤੋਂ ਆਉਂਦਾ ਹੈ ਉਹਨਾਂ ਦੇ ਠੇਕੇ 6,000 ਨੇ ਪੰਜਾਬ ਦੇ ਵਿੱਚ 10,700 ਕੁਝ ਦੇ ਕਰੀਬ ਠੇਕੇ ਨੇ ਡਬਲ ਸ਼ਰਾਬ ਦੀ ਕੰਜਮਪਸ਼ਨ ਹੈ ਬਟ ਕੇਵਲ ਰੈਵਨਿਊ ਇਹਨਾਂ ਦਾ ਕਾਂਗਰਸ ਵੇਲੇ 3500 ਕਰੋੜ 4,000 ਕਰੋੜ ਆ ਜਾਂਦਾ ਅਕਾਲੀਆਂ ਵੇਲੇ 5,000 ਕਰੋੜ ਹੋ ਜਾਂਦਾ ਹੈ ਵੀ ਉਹ ਥੋੜੇ ਨੰਬਰ ਜ਼ਿਆਦਾ ਬਣ ਜਾਂਦੇ ਨੇ ਬਟ ਉਹ 30,000 ਕਰੋੜ ਦੀ ਅਗਰ ਅਸੀਂ ਗੱਲ ਕਰੀਏ ਕੇਰਲਾ ਦੇ ਵਿੱਚ 6,000 ਠੇਕਿਆਂ ਨਾਲ ਹੀ ਤੇ ਉਸ ਹਿਸਾਬ ਨਾਲ ਤੇ 55,000 ਕਰੋੜ ਦਾ ਜਿਹੜਾ ਸ਼ਰਾਬ ਤੋਂ ਰੈਵਨਿਊ ਪੰਜਾਬ ਜਾਣਾ ਚਾਹੀਦਾ ਡਬਲ ਠੇਕੇ ਆਲਮੋਸਟ ਹੈਗੇ ਨੇ ਤੇ ਪੰਜਾਬ ਤੇ ਇਸ ਟਾਈਮ 3 ਲੱਖ ਤੋਂ ਵੱਧ ਦਾ ਕਰਜ਼ਾ ਹੈਗਾ ਤੁਸੀਂ ਹੁਣੇ ਕਿਹਾ ਕਿ ਮਤਲਬ ਅਟੈਕ ਵੀ ਹੋਇਆ ਉਹਦਾ ਵੀ ਸਾਡੇ ਤੇ ਮੜ ਦਿੱਤਾ ਗਿਆ ਅਮਾਊਂਟ 50,000 ਕਰੋੜ ਦੇ ਲਾਗੇ ਤਾਗੇ ਮੁੰਡੋ ਤੋਂ ਬੰਨਿਆ ਗਿਆ 982 ਉਸ ਤੋਂ ਬਾਅਦ ਇਹ ਸ਼ਰਾਬ ਇਹ ਪੰਜਾਬ ਦਾ ਬੜਾ ਇੱਕਦਮ ਇਹ ਸਾਰੇ ਜਿਹੜੇ ਕਰਜ਼ੇ ਕੁਰਜ਼ੇ ਉਤਰ ਜਾਣਗੇ ਜੇ ਰੈਵਨਿਊ ਪ੍ਰੋਪਰ ਤਰੀਕੇ ਨਾਲ ਰਹਿਣਾ ਸ਼ੁਰੂ ਹੋ ਜਾਏ ਤੇ ਇਹ ਜਿਹੜੀ ਹੈ ਚੋਰੀ ਹੋ ਰਹੀ ਹੈ ਇਹ ਕੀ ਸਾਰਾ ਮਸਲਾ ਇਹਦੇ ਤੇ ਮੈਂ ਬੜੀ ਡੀਪ ਇੰਨੀ ਵੱਡੀ ਚੋਰੀ ਹੁੰਦੀ ਹੈ ਇਹਦੇ ਤੇ ਮੈਂ ਸ਼ਰਾਬ ਦੇ ਰੈਵਨਿਊ ਬੜੀ ਡੀਪ ਸਟੱਡੀ ਕੀਤੀ ਹੈ ਜੀ ਉਹ ਤੋਂ ਫਿਰ ਗਾਂ ਮੈਂ ਜਿਹੜੀ ਸਟੋਰੀ ਲਈ ਸੀ ਉਹ ਬੁੱਲ ਵੱਜ ਗਿਆ ਕਰਜ਼ੇ ਦਾ ਫਿਰ ਇਹ ਕਰਜ਼ੇ ਲੈਂਦੇ ਗਏ ਅੱਗੇ ਹੋਰ ਚੜਾਉਂਦੇ ਗਏ ਕੌਣ ਨਹੀਂ ਲਾਉਣਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਕਾਰਪੋਰੇਸ਼ਨਾਂ ਸਾਰੀਆਂ ਗਹਿਣੇ ਰੱਖਤੀਆਂ 10-10 ਸਾਲ ਗਹਿਣੇ ਤੇ ਰੱਖ ਗਿਆ ਕਾਰਪੋਰੇਸ਼ਨਾਂ ਜਿੰਨੀਆਂ ਸਾਰਿਆਂ ਕੋਲ ਕਰਜ਼ਾ ਲਿਆ ਕਰਜ਼ਾ ਲੈ ਕੇ ਆਪ ਸ਼ਰਾਬ ਦੇ ਟੈਕਸ ਕਿੱਦਾਂ ਨੱਚ ਪਾਈ ਜਾਏਗੀ ਮੈਂ ਤੁਹਾਨੂੰ ਦੱਸਾਂ ਨੀ ਗੱਲ ਇਹ ਗੱਲ ਬੜੀ ਵੱਡੀ ਹੈ ਪਰ ਮੈਂ ਸਮਝਦਾ ਕਿ ਇਹਨੂੰ ਇੰਪਲੀਮੈਂਟ ਕਰਨ ਵਾਲਾ ਕੋਈ ਨਹੀਂ ਕਿਉਂਕਿ ਇੱਛਾ ਸ਼ਕਤੀ ਵੀ ਹੈ ਨਾਲ ਵੀ ਟੈਕਸ ਬਚਾਇਆ ਜਾ ਸਕਦਾ ਕਰਪਸ਼ਨ ਨੂੰ ਕੱਲਾ ਰੋਕਦੀ ਹੈ ਕਰਪਸ਼ਨ ਇਹ ਨੀ ਕਿਸੇ ਪਟਵਾਰੀ ਨੂੰ ਫੜ ਲਿਆ ਤੇ ਉਹਦਾ ਗਲਾ ਘੁੱਟ ਦਿਓ ਤਹਿਸੀਲਦਾਰ ਨੂੰ ਫੜ ਲਿਆ ਜਾਂ ਕਿਸੇ ਨੂੰ ਹੋਰ ਨੂੰ ਮਾਰ ਦਿੱਤਾ ਵਿਚਾਰੇ ਗਰੀਬ ਆਦਮੀ ਇਹਨਾਂ ਨੇ ਕੀ ਬੋਲਣਾ ਗੱਲ ਤੇ ਹੈ ਕਿ ਵੱਡੇ ਬੰਦੇ ਨੂੰ ਕਿਸੇ ਨੂੰ ਹੱਥ ਪਾਓ ਨੱਤ ਪਾਓ ਤੇ ਉਹ ਤੁਹਾਡਾ ਅੱਗੋਂ ਜਵਾਬ ਦੇਵੇ ਤੇ ਉਹਦੇ ਨਾਲ ਟੱਕਰ ਲਓ ਤੇ ਪਤਾ ਲੱਗੇ ਤੇ ਨਾਲੇ ਉਹ ਤਾਂ ਫਰਕ ਵੀ ਪਵੇ ਪਰ ਦਿਸ ਇਜ਼ ਅ ਬਿਗ ਕਰਪਸ਼ਨ ਦੇ 50,000 ਕਰੋੜ ਦੇ ਰੈਵਨਿਊ ਚੋਰੀ ਮੈਂ ਹੁਣ ਤੁਹਾਨੂੰ ਦੱਸ ਅਗਰ ਉਹਦਾ ਹਵਾਲਾ ਦਈਏ ਨਹੀਂ ਸਿੱਧੂ ਸਾਹਿਬ ਦੇ ਕੇਰਲਾ ਵਾਲਾ ਜਿਹੜਾ ਸੀ ਨਹੀਂ ਉਹਨਾਂ ਨੇ ਬਿਲਕੁਲ ਸੀ ਠੀਕ ਅਨਾਲਿਸਿਸ ਕੀਤਾ ਉਹ ਮਾਡਲ ਬਿਲਕੁਲ ਠੀਕ ਕਿਹਾ ਸੀ ਜਿੰਨੇ ਸਾਡੀ ਕਰਪਸ਼ਨ ਦੇ ਸਾਧਨ ਹੈ ਜੀ ਮੈਂ ਥੱਲੇ ਦੇ ਲੈਵਲ ਦੀ ਗੱਲ ਨਹੀਂ ਕਰਦਾ ਉੱਪਰ ਦੇ ਲੈਵਲ ਦੀ ਹੁਣ ਕੀ ਸਿਸਟਮ ਹੈ ਕੀ ਮਾਡਲ ਅਡਾਪਟ ਕੀਤਾ ਜਾ ਰਿਹਾ ਜਿਹੜਾ ਆਪ ਭਗਵੰਤ ਮਾਨ ਤੇ ਕੇਜਰੀਵਾਲ ਦਾ ਮਾਡਲ ਇਹ ਹੈ ਕਿ ਉੱਪਰ ਉੱਪਰ ਦੱਬ ਕੇ ਲੁੱਟੋ ਪੈਸੇ ਕਮਾਓ ਦੱਬ ਕੇ ਥੱਲਿਆਂ ਨੂੰ ਨਕੇਲ ਪਾਓ ਜਿਹੜਾ 10 ਰੁਪਈਏ 100 ਰੁਪਈਏ ਫੜਦਾ ਉਹਨੂੰ ਵਿਖਾਓ ਪਬਲਿਕ ਨੂੰ ਦੇਖੋ ਅਸੀਂ ਕਰਪਸ਼ਨ ਰੋਕ ਦਿੱਤੀ ਤੇ ਜਿਹੜੇ ਵੱਡੇ ਬੰਦੇ ਉਹਨੂੰ ਅਲਾਓ ਕਰੋ ਅਲਾਓ ਕਿਉਂ ਕਰੋ ਕਿ ਆਹ ਜਿਹੜਾ ਬੰਦਾ ਉੱਤੇ ਬਿਠਾਇਆ ਨਾ ਇੱਕ ਜਿਹੜਾ ਸੁਪਰ ਚੀਫ ਮਿਨਿਸਟਰ ਰਾਘਵ ਚੱਡਾ ਚਾਰਟਰਡ ਅਕਾਊਂਟੈਂਟ ਨੇ ਜਿਹੜੇ ਰਾਘਵ ਚੱਡਾ ਸੁਪਰ ਸੀਗਾ ਜਿਹੜੇ ਉਹਨਾਂ ਦੇ ਉਹਨੇ ਕੇਜਰੀਵਾਲ ਸਾਹਿਬ ਉਹਨੇ ਸਮੇਂ ਲਾ ਲਿਆ ਮੇਰੀ ਗੱਲ ਸੁਣੋ ਅੰਦਰ ਦੀ ਜੀ ਕੋਠੀ ਲੱਗ ਦਿੱਤੀ 18 ਕਰੋੜ ਰੁਪਏ ਦੀ ਚੰਡੀਗੜ੍ਹ ਚ ਇੱਥੋਂ ਹੀ ਬੰਦੇ ਦੀ ਅੱਛਾ ਮੋਹਾਲੀ ਦਾ ਹੀ ਬੰਦਾ ਓਕੇ ਕੋਠੀ ਲੱਗ ਦਿੱਤੀ ਹੈ ਉਹਦੇ ਵਿੱਚ ਰਹਿੰਦਾ 8 ਬੰਦੇ ਇੰਪਲੋਏ ਕੀਤੀ ਹੈ 100,000 ਰੁਪਏ ਉਹਨਾਂ ਨੂੰ ਤਨਖਾਹ ਦੇ ਰਿਹਾ ਉਹਨਾਂ ਦਾ ਕੰਮ ਕੀ ਹੈ ਉਹਨਾਂ ਦਾ ਕੰਮ ਇਹ ਲਾਇਆ ਕਿ ਜਾਓ ਪੰਜਾਬ ਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਹਾਊਸ ਫੜੋ ਸ਼ਰਾਬ ਦੇ ਠੇਕੇ ਵਾਲੇ ਆ ਜਿਹੜੇ ਉਹਨਾਂ ਨੂੰ ਫੜੋ ਉਹਨਾਂ ਨੂੰ ਬੁਲਾਓ ਮੇਰੇ ਕੋਲ ਉਹ ਬੁਲਾਉਂਦੇ ਆ ਕੇਜਰੀਵਾਲ ਨੇ ਆਪ ਇਹ ਸਟੇਟਮੈਂਟ ਦਿੱਤੀ
ਕਿ ਮੇਰੇ ਕੋਲ ਆਏ ਆ ਦਿੱਲੀ ਉਹ ਕਹਿੰਦੇ ਜੀ ਦੱਸੋ ਅਸੀਂ ਕੀ ਕਰਨਾ ਸਾਡਾ ਮਾਈ ਬਾਪ ਕੌਣ ਆ ਤੇ ਕੇਜਰੀਵਾਲ ਨੇ ਪਤਾ ਕੀ ਜਵਾਬ ਦਿੱਤਾ ਉਹ ਕਹਿੰਦਾ ਜੀ ਪਹਿਲਾਂ ਇਹ ਸਿਸਟਮ ਚੱਲਦਾ ਸੀ ਕਿ ਪਹਿਲਾਂ ਜਿਹੜੀ ਪੈਸਾ ਸੀ ਨਾ ਉੱਪਰ ਕਮਿਸ਼ਨ ਦਾ ਮੋਟਾ ਮਾਲ ਉਹ ਇੱਕ ਹਿੱਸਾ ਜਾਂਦਾ ਸੀ ਇਹਨੂੰ ਚੀਫ ਮਿਨਿਸਟਰ ਨੂੰ ਤੇ ਇੱਕ ਹਿੱਸਾ ਜਾਂਦਾ ਸੀ ਉੱਪਰ ਜਿਹੜਾ ਜਿਹੜੀ ਵੀ ਕਾਂਗਰਸ ਦੀ ਕੋਈ ਹਾਈ ਕਮਾਂਡ ਸੀ ਤਾਂ ਇਹਨਾਂ ਦੀ ਹੁਣ ਉਹ ਕਹਿੰਦਾ ਹੈ ਕਿ ਇਸੇ ਦੋਨੇ ਜਿਹੜੇ ਮੇਰੇ ਕੋਲ ਆਇਆ ਕਰਨਗੇ ਚੀਫ ਮਿਨਿਸਟਰ ਨੂੰ ਕੇਜਰੀਵਾਲ ਕਿ ਦੋਨੇ ਮੇਰੇ ਕੋਲ ਆਇਆ ਕਰਨਗੇ ਹੁਣ ਸਾਰਾ ਪੈਸਾ ਉੱਥੇ ਹੀ ਜਾਂਦਾ ਇਹ ਭਗਵੰਤ ਮਾਨ ਵੇਖਦਾ ਰਹਿੰਦਾ ਵੀ ਇਹ ਕੀ ਹੋਇਆ ਇਹਨੂੰ ਬਿਠਾਇਆ ਥੱਲੇ ਰੈਕੀ ਕਰੋ ਰੈਕੀ ਕਰਕੇ ਬੰਦੇ ਲਿਆਓ ਮੇਰੇ ਕੋਲ ਬੰਦੇ ਆਈ ਜਾਂਦੇ ਹੈ ਗੱਲ ਕਰੀ ਜਾਂਦੇ ਹੈ ਤੋ ਉੱਪਰੋਂ ਕਰਪਸ਼ਨ ਦੱਬ ਕੇ ਹੋ ਰਹੀ ਹੈ ਦੱਬ ਕੇ ਹੋ ਰਹੀ ਹੈ ਕਰਜ਼ਾ ਦੱਬ ਕੇ ਚੱਲ ਰਿਹਾ ਤੁਸੀਂ ਗੱਲ ਨੀ ਸੁਣੀ ਜਿੰਨੇ ਹੋ ਰਹੇ ਨਾ ਐਡ ਹੋ ਰਹੀਆਂ ਸਾਰੀਆਂ ਜਿੰਨੀ ਪਬਲਿਸਿਟੀ ਹੋ ਰਹੀ ਹੈ ਕਰੋੜਾਂ ਰੁਪਈਏ ਤੱਕ ਖਰਚ ਹੋ ਰਿਹਾ ਤੇ ਇਹ ਇਕੱਲਾ ਪੰਜਾਬ ਵਾਸਤੇ ਨਹੀਂ ਸਾਰੀ ਇੰਡੀਆ ਵਾਸਤੇ ਉੱਥੋਂ ਦਿੱਲੀ ਤੋਂ ਇਸ਼ੂ ਹੁੰਦੇ ਹੈ ਭਗਵੰਤ ਮਾਨ ਹਿੰਦੀ ਬੋਲਦਾ ਹੈ ਪੰਜਾਬੀ ਹੈ ਤੁਸੀਂ ਕਦੀ ਐਡ ਵੇਖੀ ਇਹਦੀ ਹਿੰਦੀ ਬੋਲਦਾ ਹੈ ਉੱਥੇ ਹਿੰਦੀ ਬੋਲਣ ਦਾ ਮਤਲਬ ਕੀ ਵੀ ਇਹ ਪੰਜਾਬ ਦਾ ਜਿਹੜੀ ਐਡ ਆ ਸਾਰੀ ਇੰਡੀਆ ਚ ਕਮਾਵਾਂਗੇ ਹਿੰਦੀ ਚ ਸਾਰਿਆਂ ਨੂੰ ਪਤਾ ਲੱਗੂਗਾ ਪੈਸਾ ਤੁਹਾਡਾ ਐਡ ਤੁਸੀਂ ਦੇਣੀ ਹੈ ਪੰਜਾਬ ਵਾਸਤੇ ਦੇਣੀ ਹੈ ਸੈਂਟਰ ਉੱਥੇ ਕੇਜਰੀਵਾਲ ਮੰਗਵਾ ਕੇ ਸਾਰੀ ਇੰਡੀਆ ਨੂੰ ਉਗਾ ਰਿਹਾ ਤੇ ਵਾਧਾ ਕਿੰਨਾ ਉਹ ਚ ਇਹਨਾਂ ਨੇ ਪੰਜਾਬ ਦੇ ਇੱਕ ਲੀਡਿੰਗ ਅਖਬਾਰ ਹੈ ਅਜੀਤ ਸਮਾਚਾਰ ਜਲੰਧਰ ਤੋਂ ਛੱਪੇ ਉਹਨਾਂ ਦੀ ਐਡ ਪਿੱਛੇ ਸੁਣਿਆ ਸੀ ਬੰਦ ਕਰਤੀ ਹੈ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਸਾਰੀਆਂ ਇਹ ਕਿਉਂ ਇਹਦੇ ਵਿੱਚ ਵੀ ਕੋਈ ਗੇਮ ਹੈ ਇਸ ਤਰ੍ਹਾਂ ਨਹੀਂ ਕਈਆਂ ਗੱਲਾਂ ਤੇ ਕਈ ਬੰਦੇ ਆਕੜ ਪੈਂਦੇ ਆ ਨਾ ਤੇ ਉਹ ਆਕੜ ਪੈਣ ਤੋਂ ਨਾਲ ਝਾੜੀ ਦਿੰਦੇ ਕਈ ਵਿੱਚ ਬੰਦੇ ਕੇਜਰੀਵਾਲ ਨੇ ਕਿੰਨੇ ਬੰਦੇ ਝਾੜੇ ਕਿੰਨੇ ਬੰਦੇ ਚੰਗੇ ਚੰਗੇ ਜਿਹੜੇ ਜਿਹੜਾ ਬੋਲਿਆ ਉਹਨੂੰ ਚੱਲ ਪਾਸੇ ਇਹ ਤੁਸੀਂ ਆ ਹੋਣੇ ਹੋਣੇ ਅਜੇ ਸ਼ਰਮਾ ਇਹਦੇ ਆ ਜਿਹੜੇ ਚੱਲ ਰਹੇ ਨਾ 1,00,000 ਦੇ ਨਾ ਇਹਦੇ ਵਾਸਤੇ ਬਜਟ ਬਣਾਉਣਾ ਸੀ ਇਹਨੂੰ ਬਜਟ ਬਣਾਉਣ ਵਾਸਤੇ ਕਿਹਾ ਇਹਦੇ ਬਜਟ ਦੇ ਵਿੱਚ 30 ਕਰੋੜ ਰੁਪਈਆ ਪਬਲਿਸਿਟੀ ਦਾ ਇਸ਼ਤਿਹਾਰਬਾਜ਼ੀ ਦਾ ਮਹੱਲਾ ਕਲੀਨਿਕ ਪਾਉਣੇ ਇਹਦੀ ਇਸ਼ਤਿਹਾਰਬਾਜ਼ੀ ਕਰਨੀ ਹੈ ਕਾਫੀ ਉਹਨੇ ਨਿਊਜ਼ ਹੋਈ ਸੀ ਵਾਇਰਲ ਹੋਈ ਹੈ ਹਾਂ ਤੋਂ ਵੀ 10,000 ਕਰੋੜ ਦਾ 10 ਮਹੱਲਾ ਦੋ ਕਲੀਨਿਕ ਬਣਾ ਦੋ ਪਰ ਇਹਦੀ ਇਸ਼ਤਿਹਾਰਬਾਜ਼ੀ ਵਾਲਾ ਕੀ ਕੰਮ ਹੋਇਆ 30 ਕਰੋੜ ਰੁਪਏ ਉਹਨੇ ਰਿਫਿਊਜ਼ ਕਰਤਾ ਦੋਨੋਂ ਨੁਕਰੇ ਨੇ ਆਈਐਸ ਅਫੇਰ ਸੀ ਬੰਨੋ ਤੋਂ ਇਨਕਾਰ ਕਰਤਾ ਸੋ ਭਾਜੀ ਦੇਖੋ ਗੱਲ ਇਹ ਹੋ ਰਹੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਪੈਸਾ ਜਿੱਥੋਂ ਆਉਂਦਾ ਉਹ ਇਕੱਠਾ ਕਰੋ ਜਨਤਾ ਨੂੰ ਬੇਵਕੂਫ ਬਣਾਓ ਜਨਤਾ ਨੂੰ ਲਾਰੇ ਲਾਓ ਤੇ ਆਪਣੀ ਲੱਭ ਕੇ ਰੱਖ ਕਹਿਣ ਦਾ ਮਤਲਬ ਇਹ ਵੀ ਜਿਹੜੇ ਹੁਣ ਰੋਜ਼ ਵਿਜੀਲੈਂਸ ਫੜ ਲੈਂਦੀ ਜੀ ਪਟਵਾਰੀ ਫੜ ਲਿਆ 10,000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਡੀਐਫਓ ਫੜ ਲਿਆ 2,00,000 ਰੁਪਏ ਇਹ ਤਾਂ ਘੜੇ ਦੀ ਮੱਛੀ ਹੈ ਜਦੋਂ ਮਰਜ਼ੀ ਫੜ ਲਓ ਦਿਖਾਉਣ ਨੂੰ ਹੋਰ ਤੇ ਕੁਛ ਕਰ ਲਓ ਉੱਪਰੋਂ ਜੋ ਮਰਜ਼ੀ ਕਰੀ ਜਾਓ ਆਹ ਤੁਸੀਂ ਆ ਵੇਖ ਹੀ ਲਓ ਆ ਪ੍ਰਾਈਮ ਮਿਨਿਸਟਰ ਨੂੰ ਵੇਖਿਆ ਨਾ ਪਟਾਨੀ ਨੂੰ ਕੀ ਕੁਛ ਦੇ ਜਿਹੜੇ ਕੋਲੇ ਦਾ ਚੱਕਰ ਹੈ ਲੱਖਾਂ ਹੀ ਕਰੋੜਾਂ ਰੁਪਏ ਹਾਂ ਝਾਰਖੰਡ ਤੋਂ ਵਾਇਆ ਉਧਰੋਂ ਹੋ ਕੇ ਤੁਸੀਂ ਮੈਨੂੰ ਦੱਸੋ ਥੱਲੇ ਨੂੰ ਤਾਂ ਫੜ ਲਓ ਮੇਰੇ ਵਰਗੇ ਸਵਰਨ ਸਿੰਘ ਨੂੰ ਤੇ ਫੜ ਲਓ ਕੇਸ ਉੱਤੇ ਜਿਸ ਪਰ ਉਹਨੇ ਤਾਂ ਕੇਜਰੀਵਾਲ ਤੇ ਇਹ ਪਟਾਨੀ ਦੇ ਰਜਿਸਟਰ ਕੌਣ ਕਰੂ ਜੀ ਜੀ ਈਡੀ ਕਿੱਥੇ ਹੈ ਸੀਬੀਆਈ ਕਿੱਥੇ ਹੈ ਤੇ ਐਫਬੀਆਈ ਕਿੱਥੇ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਸੇਬੀ ਕਿੱਥੇ ਨਹੀਂ ਇਹ ਬੜਾ ਅੱਛਾ ਤੁਸੀਂ ਆਨਸਰ ਦੇ ਰਹੇ ਹੋ ਮੈਂ ਸਵਾਲ ਇਹ ਕਰਨਾ ਹੀ ਸੀਗਾ ਕਿ ਜਿਹੜਾ ਇਹ ਝਾਰਖੰਡ ਦਾ ਕੋਲਾ ਪਹਿਲਾਂ ਜਾਏਗਾ ਮੁਦਰਾ ਪੋਰਟ ਤੇ ਤੇ ਉਹ ਵੀ ਸਮੁੰਦਰੀ ਜਹਾਜ਼ ਦੇ ਜ਼ਰੀਏ ਵਾਇਆ ਬੇ ਉਹ ਬੰਗਾਲ ਸ਼੍ਰੀ ਲੰਕਾ ਹੁੰਦੇ ਹੋਏ ਜਾਏਗਾ ਪਹਿਲਾਂ ਫਰੰਟ ਤੇ ਗੁਜਰਾਤ ਉੱਥੇ ਉਸ ਤੋਂ ਬਾਅਦ ਅਡਾਨੀ ਦੇ ਟ੍ਰੇਨਾਂ ਤੇ ਪੰਜਾਬ ਚ ਆਏਗਾ ਅਡਾਨੀ ਨੂੰ ਤੇ ਸਾਰੇ ਥਰਮਲ ਪ੍ਰੋਜੈਕਟ ਮੈਂ ਤੁਹਾਨੂੰ ਇੰਨਾ ਮਹਿੰਗਾ ਟ੍ਰੇਨ ਮੈਂ ਕਹਿੰਦਾ ਜੀ ਰਾਤ ਪੈ ਜੂਗੀ ਜੇ ਮੈਂ ਤੁਹਾਨੂੰ ਇੱਕ ਆਰਮੇ ਅਡਾਨੀ ਵਾਲੇ ਜਿਹੜੇ ਇਹ ਪੈਸਾ ਕਮਾਉਣ ਵਾਸਤੇ ਮੋਦੀ ਸਾਹਿਬ ਨੇ ਮਿਹਰਬਾਨੀ ਕੀਤੀ ਇਹਦੇ ਤੇ ਓਕੇ ਔਰ ਹਿੰਦੁਸਤਾਨ ਦਾ ਜਿਹੜਾ ਇੰਡੀਆ ਦਾ ਤੇ ਬੋਸ ਕਰ ਰਹੇ ਹੋ ਵੀ ਨਹੀਂ ਲਵਾਂਗੇ ਸਾਨੂੰ ਪੰਜਾਬ ਤੇ ਕੋਈ ਉਹਦੀ ਗੱਲਾਂ ਤੇ ਪੋਲੀਟੀਕਲ ਹੈ ਨਾ ਪਾਰਟੀਆਂ ਇਹ ਤੇ ਅਗੇਂਸਟ ਹੀ ਹੈ ਮੋਦੀ ਦੇ ਇਹ ਤੇ ਇਹਨਾਂ ਨੇ ਮੋਦੀ ਦੇ ਅਗੇਂਸਟ ਹੀ ਚੱਲਣਾ ਨਾ ਇਹ ਪੋਲੀਟੀਕਲ ਜਿਹੜੀ ਅੰਡਰਸਟੈਂਡਿੰਗ ਹੋਰ ਹੈ ਮੈਂ ਗੱਲ ਇਹ ਕਰ ਰਿਹਾ ਕਿ ਕਿਤੇ ਵੀ ਬੈਠਾ ਬੰਦਾ ਪੋਲੀਟੀਕਲ ਬੰਦਾ ਉੱਤੇ ਬੈਠਾ ਤੇ ਭਾਵੇਂ ਥੱਲੇ ਬੈਠਾ ਥੱਲੇ ਬੈਠਾ ਇੱਥੇ ਕਰੂਗਾ ਗੜਬੜ ਸੈਂਟਰ ਵਾਲਾ ਸੈਂਟਰ ਚ ਕਰੂਗਾ ਔਰ ਤੁਹਾਨੂੰ ਨਹੀਂ ਪਤਾ ਲੱਗਣ ਦਊਗਾ ਅੱਖਾਂ ਚ ਕੱਟਾ ਪਾ ਕੇ ਸੋਰੀ ਤੁਹਾਡੇ ਮੀਡੀਆ ਜਿਹੜੇ ਹਾਊਸਿਸ ਹੈ ਇਹ ਵੀ ਰਲੇ ਹੈ ਨਾ ਇਹਨਾਂ ਨੂੰ ਪਤਾ ਹੈ ਕੋਈ ਬੋਲਦਾ ਆ ਇੱਕ ਰਵੀਸ਼ ਕੁਮਾਰ ਮੈਂ ਸੁਣਿਆ ਜਿਹੜਾ ਬੋਲਦਾ ਕੋਈ ਨਹੀਂ ਚੈਨਲ ਸਾਰੇ ਨਿਊਜ਼ 18 ਕਿਹਨਾਂ ਦਾ ਹੈ ਜਗ ਜਾਇਦਾ ਸਭ ਭਾਜੀ ਪਤਾ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਪੈਸਾ ਦਿੱਤਾ ਇਹਨਾਂ ਨੇ ਐਡ ਦਾ ਜਿਹਨੂੰ ਕਰੋੜਾਂ ਰੁਪਈਏ ਮਿਲਦੇ ਜਵਾਨ
छत्रपति जिन्हें रामलीन का चिट्ठा खोलिया से मर्डर हो गया पूरा सच मेरे वर्गे बोली जाएंगे इस तरह दूजा बंदा नहीं बोलूंगा क्योंकि सारा लगा पैसों का पैसों का जान डर पावर है ना मोदी साहब को पावर है चीफ मिनिस्टर को पावर है तो फड़ के अंदर कर देंगे तो मरवा देंगे पावर है ना तो जो तुम जो तुम पैसा मिलता है तो तुम तो खुशी होती है मेरा तो घर पक्का मैं जो मर्जी कर देगा टॉप ब्यूरोक्रेट्स के भी सी आईएएस अफसर से किन्ने साल तुसी पंजाब की सेवा की है एज ए कमिश्नर जलंधर रेंज रिटायर से 7 डीसी तुहाडे थल्ले सीगे ते उस टाइम दी ते हुण दी ब्यूरोक्रेसी च तुसी की अंतर समझदे हो कि ब्यूरोक्रेसी दा सफाया ही हो गया कोई ब्यूरोक्रेसी जिन्ने अफसर आ ना सारे फुट मैट इहनां दी उत्तों लंघ के जांदे सारे इशारे ते काम करदे पॉलिटिशियन नूं ना दबा लिया है इन्हों ने पिट कर दी भी साढ़े उत्तों नहीं लंघोगी करी चलो जो अखा मीच के बैठे है राघव चड्डा जो मर्जी करी जाए वो चीफ मिनिस्टर भी बाईपास करता अफसर भी बाईपास करता दो तीन चहेते रखे बंदे जेडे यूपी के दूजी स्टेटा के उन्होंने सारी पावर दिखती है कि फाइल मेरे को आया करो आर्डर मेरे को सुन लिया करो की करना तो अखा मीट के करी लॉस होंगे रेवन्यू पब्लिक तो टैक्स के रूप से लिया जाता है बकवास है काम ही करप्शन तो शुरू होया इन्हें फॉरेन कंट्रीज से जरा पैसा इकट्ठा किया ना वो एंटी नेशनल है देश को तोड़ने वास्ते पैसा इकट्ठा किया सी इन्हें राजनीतिक पार्टी बनाने वाले केजरीवाल ने ते अपने आप को कहते जी हम कट्टर ईमानदार हैं ये तो हम मेरे को बेवकूफ बनाने वास्ते है ते तो हम तो ये कन्वे करिए कि ऐसी बड़े ईमानदार है चंद्र दात्री फेरी चलो ये पॉलिटिशियन ये कर रहे हैं जे कोई आ जाए ना करप्शन क्लब जी प्लग हो जाए इन्होंने की है मैं दसदा शराब के ट्रांसपोर्ट के लैंड के बजरी के रेता के मोटे मोटे मुद्दे ने इन्हों प्लग कर दो सही इनकम जी सरकार को आना शुरू हो जाए किसी ठेकेदार कोई हिस्सा ना जाए लो जी दो महीनों करजा पंजाब का लांबे हो जाए मैं लिख के दिना मैं कैलकुलेट करके वीडियो पाई है हुण ए तुसी मैं दसो ए सिस्टम कौन लेके आऊगा है तुहानू उम्मीद किसे दी ना सेंटर च ते ना इत्थे लोकां ने इन्हां नू मैंडेट दित्ती सी वी इह सारा कुछ ठीक होगा पर तुसी जिस तरह दस रहे हो वी इह तां फिर कुछ होर दी होरी गल समझ आ रही है मैं ते हाली मैं ते आउण वाले नियर फ्यूचर कोई होप नहीं रखदा कोई पार्टी आ जाए सारयां नू मैं कहना कोई पोलिटिकल पार्टी आ कोई चीफ मिनिस्टर आ कोई प्राइम मिनिस्टर आ यहाँ तो मनमोहन सिंह वालों अखा मीट के बहजो कि मैं तो ईमानदार हाँ जी आ करी करते सारे मैं ही कर सकता फुटमैट बन जू तो फिर आप अपना हिस्सा रख लो पैसा पैसा हम भगवंत मान का मूह रखो हाँ पहला की कि मोटा हो अंदरों यही है ना अंदरों पैसे का चढ़ गया बदमाशी हो रही ਹੁਣ ਉਹਦੀ ਮੇਰੇ ਖਿਆਲ ਇੰਨੇ ਗਹਿਣੇ ਆ ਨਾ ਉਹਦੀ ਘਰਵਾਲੀ ਕੋਲ ਤੇ ਇਹਦੀ ਭੈਣ ਕੋਲ ਉਹ 20 ਗੱਡਮੈਨ ਇਹਦੀ ਭੈਣ ਕੋ ਭੈਣ ਕੀ ਚੀਜ਼ ਆ ਜੀ ਕੀ ਹਾਂ ਹੁਣ ਆਹ ਨੇ ਕੀ ਆ ਕਦਰ ਆਈ ਸੀ ਕਿ ਉਹ ਲਾ ਕੇ 40 ਗੱਡਮੈਨ ਕਰਨ ਲੱਗੇ ਮਿਸਿਸ ਮਿਸਿਸ ਨੂੰ ਕੀਤੇ ਉਹਨੇ ਨਹੀਂ ਮਿਸਿਸ ਨਹੀਂ ਭੈਣ ਨੂੰ ਸਿਸਟਰ ਨੂੰ ਸਿਸਟਰ ਨੂੰ
ਪਰਸੋਂ ਦੀ ਸੀ ਵੀ 40 ਲੱਖ ਰੁਪਏ ਦਾ ਖਰਚਾ ਪਏਗਾ ਉਹਨਾਂ ਨੂੰ ਹਾਂ ਜੀ ਹਾਂ ਜੀ ਦੱਸੋ ਵੀ ਉਹਨਾਂ ਦੀ ਕੀ ਅਥਾਰਿਟੀ ਹੈ ਕੀ ਕੰਟਰੀਬਿਊਸ਼ਨ ਹੈ ਕੀ ਸੰਵਿਧਾਨ ਕਹਿੰਦਾ ਜਦੋਂ ਇਹ ਸਾਰੀਆਂ ਧੱਕੇਸ਼ਾਹੀ ਹੋ ਰਹੀ ਹੈ ਸੈਂਟਰ ਚ ਪ੍ਰਾਈਮ ਮਿਨਿਸਟਰ ਤੇ ਲੈਵਲ ਤੇ ਤੇ ਥੱਲੇ ਚੀਫ ਮਿਨਿਸਟਰ ਤੇ ਲੈਵਲ ਤੇ ਅਸੀਂ ਤੁਸੀਂ ਜਿਹੜੀ ਹੈ ਨਾ ਜਨਤਾ ਤਮਾਸ਼ਾ ਵੇਖੋ ਸਾਨੂੰ ਕੁਛ ਨੀ ਮਿਲਣਾ ਕਿਸੇ ਪਾਸੇ ਧੱਕੇ ਖਾਣੇ ਆ ਤੁਸੀਂ ਆਪਣੇ ਸਿਰ ਪੜਵਾਉਣੇ ਆ ਜਿਹੜੇ ਮੋਰਚੇ ਲਾ ਕੇ ਬੈਠੇ ਰਹੋ ਭੁੱਖੇ ਨੰਗੇ ਤੇ ਹੁਣ ਮੋਰਚਿਆਂ ਤੇ ਇਹਨਾਂ ਨੂੰ ਕੁਛ ਮਿਲ ਜੂ ਕੁਛ ਨੀ ਇਹ ਹੈ ਜੇ ਕੰਮ ਜਨਤਾ ਦੇ ਕਰੋ ਤੇ ਜਿਹੜੇ ਰਾਜੀਵ ਗਾਂਧੀ ਦੇ ਹਥਿਆਰ ਨੂੰ ਛੱਡਿਆ ਹੈ ਤੇ ਸਾਡੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਸਾਡੇ ਸਿਰ ਤੇ ਕੁਛ ਸ਼ਿਵ ਸੈਨਾ ਵਾਲੇ ਕਹਿੰਦੇ ਜੀ ਵੀ ਇਹਨਾਂ ਦੇ ਤਾਂ ਸਜਾਵਾਂ ਉਹ ਹੈਗੀਆਂ ਨੇ ਵੀ ਦੇ ਵਿਲ ਟਾਈ ਇਨ ਦੀ ਜੇਲ ਉਮਰ ਕੈਦ ਉਹ ਵਾਲੀ ਹੈਗੀ ਹੈ ਇਹਨਾਂ ਦੇ ਬਾਰੇ ਸਿੰਘਾਂ ਦੇ ਬਾਰੇ ਨਹੀਂ ਇਹ ਤੇ ਧੱਕਾ ਹੋ ਰਿਹਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਧੱਕੇ ਕਰਦੀਆਂ ਧੱਕਾ ਹੋ ਰਿਹਾ ਬੰਦੇ ਸਿੰਘ ਹੋ ਰਿਹਾ ਜੀ ਹੋ ਰਿਹਾ ਪਰਸੋਂ ਚੋਂ ਦੇ ਕਿਹੜਾ ਸਾਹਿਬ ਨੂੰ ਛੱਡਿਆ ਮੈਨੂੰ ਇਹ ਦੱਸੋ ਰਿਹਾ ਹੀ ਕਰਤਾ ਪਹਿਲਾਂ ਹੀ ਸਜਾ ਪੂਰੀ ਹੋਣ ਤੋਂ ਪਹਿਲਾਂ ਇੱਕ ਸੈਕਸ਼ਨ ਨਾਲ ਤੁਸੀਂ ਹੋਰ ਕਰੋ ਤੇ ਦੂਜੇ ਸੈਕਸ਼ਨ ਨਾਲ ਹੋਰ ਕਰੋ ਸਾਡੀ ਰਾਜਨੀਤੀ ਜਿਹੜੀ ਹੈ ਲੋਕਤੰਤਰ ਠੀਕ ਹੈ ਮੈਂ ਮੰਨਦਾ ਪਰ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂ ਜਿਹੜੇ ਇਹਨਾਂ ਨੇ ਕੈਪਚਰ ਕਰ ਲਿਆ ਤੇ ਜਿਹੜੇ ਟੰਗ ਤਰੀਕੇ ਅਪਣਾਉਣਾ ਸ਼ੁਰੂ ਕੀਤਾ ਨਾ ਇਹ ਸਾਡੀ ਬਰਬਾਦੀ ਦਾ ਕਾਰਨ ਹੈ ਇਹ ਸਾਡੇ ਪੰਜਾਬ ਦ
ਅੱਜ ਟਾਈਮ ਹੈਗਾ ਸਾਲ ਪਿਆ ਹਾਂ ਹਾਂ ਆ ਮੋਦੀ ਗਵਰਨਮੈਂਟ ਇੰਨੀ ਐਕਸਪੋਜ਼ ਹੋ ਗਈ ਹੈ ਸਭ ਤੋਂ ਵੱਡਾ ਬੰਬ ਐਟਮ ਬੰਬ ਮੈਂ ਕਹੂੰਗਾ ਅਡਾਨੀ ਦਾ ਗਿਰਿਆ ਬਣਾ ਕੇ ਸ਼ੇਅਰ ਚੜਾ ਤੇ ਤੁਹਾਡੇ ਮੇਰੇ ਵਰਗੇ ਫਸ ਗਏ ਕਿਆ ਅਡਾਨੀ ਦੇ ਸ਼ੇਅਰ ਬੜੇ ਜਾ ਰਹੇ ਜੀ ਲਾਓ ਪੈਸੇ ਲਾਓ ਨਾ ਹੁਣ ਰੋਂਦੇ ਕਰਦੇ ਡੁੱਬ ਗਏ ਪੈਸਾ ਤੇ ਤੁਹਾਡਾ ਮੇਰਾ ਡੁੱਬਿਆ ਗੇਮ ਆਪਣੇ ਪ੍ਰਾਈਮ ਮਿਨਿਸਟਰ ਖੇਡ ਰਿਹਾ ਮੋਦੀ ਤੇ ਮਰਦੇ ਤੇ ਅਸੀਂ ਹਾਂ ਜਨਤਾ ਦੇ ਉੱਤੇ ਬੋਝ ਪੈ ਰਿਹਾ ਹਰ ਚੀਜ਼ ਦਾ ਭਾਵੇਂ ਚੀਫ ਮਿਨਿਸਟਰ ਫੈਸਲਾ ਲਵੇ ਭਾਵੇਂ ਪ੍ਰਾਈਮ ਮਿਨਿਸਟਰ ਮਰ ਤੇ ਅਸੀਂ ਰਹੇ ਹਾਂ ਪਰ ਸਾਡੀ ਆਵਾਜ਼ ਕੌਣ ਸੁਣਨ ਵਾਲਾ ਤੇ ਸਿਸਟਮ ਨੂੰ ਠੀਕ ਕੌਣ ਕਰਨ ਵਾਲਾ ਅਸੀਂ ਬੇਬਸ ਹਾਂ ਇਸ ਕਰਕੇ ਇਹ ਜਿਹੜਾ ਅਡਾਨੀ ਵਾਲਾ ਨਾ ਇਹ ਮਸਲਾ ਬਹੁਤ ਵੱਡਾ ਇਹ ਜਿਹੜਾ ਅਮਰੀਕਾ ਨੇ ਤੇ ਬੰਦ ਹੀ ਕਰਤਾ ਸ਼ੇਅਰ ਹੀ ਇਹਦੇ ਬੰਦ ਕਰਤੇ ਯੂਪੀ ਦੇ ਵਿੱਚ ਇਹਨੇ ਠੇਕੇ ਵਾਪਸ ਲੈ ਲਏ ਉਹ ਦਿੱਤੇ ਨਾ ਇੱਥੇ ਹੋਰ ਵੀ ਸਟੇਟਾਂ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਸਾਰੇ ਹਿਮਾਚਲ ਵਾਲਿਆਂ ਨੇ ਰੇਡ ਕਰਨੇ ਸ਼ੁਰੂ ਕਰਤੇ ਇਹਦੇ ਅਡਾਨੀ ਬਿਲਨੇ ਦੇ ਪਰਸੋਂ ਪਰਵਾਨੋ ਹਟਾਇਆ ਉਹਨਾਂ ਦੇ ਰੇਡ ਵੱਜੀ ਗਏ ਹੁਣ ਸਟੇਟਾਂ ਅਗੇਂਸਟ ਹੋ ਗਈਆਂ ਮੈਂ ਤੁਹਾਨੂੰ ਆ ਬੰਬੇ ਵਾਲਾ ਬੜਾ ਇੰਟਰਸਟਿੰਗ ਕੇਸ ਆ ਸੁਣਾਉਣਾ ਚਾਹੁੰਦਾ ਹਾਂ ਜੀ ਬੰਬੇ ਦੇ ਵਿੱਚ ਭਾਫ ਵੀ ਇੱਕ ਜਗ੍ਹਾ ਹੈ ਬੰਬੇ ਦੇ ਵਿੱਚ ਇੰਨੀ ਕੀਮਤੀ ਥਾਂ ਹੈ ਕਿ ਉੱਥੇ ਇੱਕ ਵੱਡਾ ਐਕਟਰ ਵੀ ਜਿਹੜਾ ਨਾ ਉਹ ਕੋਠੀ ਨਹੀਂ ਅਫੋਰਡ ਕਰ ਸਕਦਾ ਬੰਬੇ ਦੇ ਲਾਗੇ ਲਾਗੇ ਉਹ ਫਲੈਟ ਚਲੇ ਤੇ ਇੰਨੀ ਮਹਿੰਗੀ ਹੈ ਉਸ ਦਾ ਠੇਕਾ ਹੋਇਆ ਸੀ ਉਸਨੂੰ ਰਿਹੈਬਿਲੀਟੇਟ ਕਰਨ ਦਾ ਤੇ ਉਹ ਜਦੋਂ ਮੋਦੀ ਸਾਹਿਬ ਨੇ ਆਉਂਦਿਆਂ ਸਾਰੀ 2014 ਉਹ ਕੈਂਸਲ ਕਰਤਾ ਕੈਂਸਲ ਕਰਕੇ ਅਡਾਨੀ ਸਾਹਿਬ ਨੂੰ ਦਿੱਤਾ ਉਹ ਜ਼ਮੀਨ 2,00,000 ਕਰੋੜ ਰੁਪਏ ਦੀ ਹੈ ਇਹਨੂੰ 5,000 ਹੁਣ ਉੱਥੋਂ ਰੌਲਾ ਪਾਉਂਦੇ ਬੰਦੇ ਇਹ ਮੋਦੀ ਨੂੰ ਲੈ ਕੇ ਬਹਿ ਜੂਗਾ ਰਿਹੈਬਿਲੀਟੇਟ ਕੀਤਾ ਨਾ ਕੁਛ ਨਹੀਂ ਕੀਤਾ ਹੁਣ ਉਹ ਰੌਲਾ ਪਾਉਂਦੇ ਆ ਹੁਣ ਤਾਂ ਪਬਲਿਕ ਚ ਆ ਗਈ ਗੱਲ ਉਹ ਕਹਿੰਦਾ ਮੋਦੀ ਮਾਰਤਾ ਸਾਨੂੰ ਤੂੰ ਇਹ ਕੀ ਕਰੂਗਾ ਅਡਾਨੀ ਸਾਡਾ
ਜਿਹੜਾ ਐਡਾ ਬੇਈਮਾਨ ਆਦਮੀ ਹੈ ਤੇ ਉੱਥੇ ਰੱਟ ਪਾਉਂਦਾ ਪਿਆ ਵਾ। ਇਹ ਅਜੇ ਬੜੇ ਕਿੱਸੇ ਖੁੱਲਣੇ ਆ, ਹਾਲੇ ਹੌਲੀ ਹੌਲੀ ਗੇਮ ਨੂੰ ਵੇਖੋਗੇ ਜੀ। ਸੋ ਇਹ ਸਨ ਸਾਬਕਾ IAS ਅਫਸਰ ਡਾਕਟਰ ਸਵਰਨ ਸਿੰਘ ਜੀ, ਤੇ ਜਿਨ੍ਹਾਂ ਨੇ ਅੱਜ ਸਾਡੇ ਚੈਨਲ ਦੇ ਨਾਲ ਖੁੱਲੀਆਂ ਗੱਲਾਂ ਦਿਲ ਦੀਆਂ ਕੀਤੀਆਂ। 84 ਜਿਹੜਾ ਹਰਿਮੰਦਰ ਸਾਹਿਬ ਅਟੈਕ ਹੋਇਆ ਸੀ, ਕਿਹਨਾਂ ਦਾ ਉਹਦੇ ਪਿੱਛੇ ਹੱਥ ਸੀਗਾ, ਉਸ ਤੋਂ ਬਾਅਦ ਪੰਜਾਬ ਕਿੰਨਾ ਦੌਰ 'ਚ ਗੁਜ਼ਰਿਆ, ਕਿਵੇਂ ਪੰਜਾਬ 'ਤੇ ਇੰਨਾ ਕਰਜ਼ਾ ਚੜਿਆ, ਹੁਣ ਅਡਾਨੀ ਵਾਲਾ ਜਿਹੜਾ ਕੇਸ ਹੈ, ਸਾਰੇ ਚਿੱਠੇ ਇਹਨਾਂ ਨੇ ਖੋਲ੍ਹੇ ਹਨ। ਅਤੇ ਪੰਜਾਬ ਦੇ ਬਾਰੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਇੱਛਾ ਸ਼ਕਤੀ ਵਾਲਾ ਹੀ ਆਏ ਤਾਂ ਪੰਜਾਬ ਬਚ ਸਕਦਾ ਹੈ। ਇਹਨਾਂ ਨੇ ਪੰਜਾਬ ਸਰਕਾਰ ਜਿਹੜੀ ਕੇਜਰੀਵਾਲ ਸਰਕਾਰ ਹੈ ਉਹਦੇ ਦੇ ਬਾਰੇ ਵੀ ਦੱਸਿਆ ਵੀ ਕਿਸ ਤਰੀਕੇ ਨਾਲ ਸਾਰਾ ਮੈਨੂਪਲੇਟ ਹੋ ਰਿਹਾ। ਸੋ ਇਹ ਜਿਹੜੀ ਸਾਡੀ ਜਨਤਾ ਪੂਰੇ ਭਾਰਤ ਸਰਕਾਰ ਦੀ ਇਹ ਸਾਡਾ ਦੇਖੇਗੀ, ਅਤੇ ਇਹਨਾਂ ਨੇ ਉਹ ਗੱਲਾਂ ਦੱਸੀਆਂ ਜਿਹੜੀਆਂ ਕਿ ਅੱਜ ਤੱਕ ਬਹੁਤੀਆਂ ਲੋਕਾਂ ਨੂੰ ਇਹ ਗੱਲਾਂ ਨਹੀਂ ਸੀ ਪਤਾ, ਆਮ ਜਨਤਾ ਨੂੰ ਨਹੀਂ ਸੀ ਪਤਾ। ਸੋ ਇਹ ਬੜੀ ਮਾੜੀ ਗੱਲ ਹੈ ਵੀ ਆਮ ਜਨਤਾ ਦੇ ਟੈਕਸ ਦੇ ਜਿਹੜੇ ਜ਼ਰੀਏ ਜਿਹੜੀ ਇਹਨਾਂ ਕੋਲ ਫੰਡਸ ਆਉਂਦੇ ਆ ਉਹਨੂੰ ਇਸ ਤਰੀਕੇ ਨਾਲ ਮਿਸ ਯੂਜ਼ ਹੋ ਰਿਹਾ, ਅਤੇ ਵੱਡੇ ਵੱਡੇ ਕਾਰਪੋਰੇਟਸ ਨੂੰ ਉਹਦੇ ਬੈਨੀਫਿਟ ਕਰਾਏ ਜਾ ਰਿਹਾ, ਔਰ ਪਬਲਿਕ PCD ਹੈ, ਪਤਾ ਹੀ ਹੈ ਤੁਹਾਨੂੰ ਹਰ ਚੀਜ਼ ਦੇ ਡਬਲ ਰੇਟ ਨੇ, ਸਿਲੰਡਰ ਕਿਤੇ ਜਾ ਰਿਹਾ, ਪੈਟਰੋਲ ਡੀਜ਼ਲ ਦੇ ਕਿੱਥੇ ਰੇਟ ਨੇ ਹੈਗੇ। ਸੋ ਇਟਸ ਵੈਰੀ ਬੈਡ ਫੋਰ ਡੈਮੋਕ੍ਰੇਸੀ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਜਾਣਕਾਰੀ ਸਾਨੂੰ ਦਿੱਤੀ ਸਾਡੀ ਜਨਤਾ ਦੀ, ਇਹ ਡੈਮੋਕ੍ਰੇਸੀ 'ਚ ਬੜਾ ਜ਼ਰੂਰੀ ਹੈ ਸੱਚ ਨੂੰ ਸਾਹਮਣੇ ਲਿਆਉਣਾ। ਸੋ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਜਿਹੜੀ ਪਬਲਿਕ ਦੀ ਆਵਾਜ਼ ਹੈ ਉਹਨੂੰ ਸੁਣਦੇ ਹੋ, ਇਹੋ ਜਿਹੇ ਮਸਲਿਆਂ ਦੇ ਵਿੱਚ ਇੰਟਰਸਟ ਲੈਂਦੇ ਹੋ ਤੇ ਲੋਕਾਂ ਨੂੰ ਅਵੇਅਰ ਕਰਾਉਣਾ ਚਾਹੁੰਦੇ, ਦੱਸਣਾ ਚਾਹੁੰਦੇ ਭਾਈ ਭਲੇ ਲੋਕੋ ਜੇ ਬਚ ਸਕਦੇ ਹੋ ਤਾਂ ਬਚ ਜਾਓ। ਧੰਨਵਾਦ।